ਜਸ ਜੀ ਹਾਂ ਲੈ ਡੇਵਿਡਸਨ ਆਏ ਹਾਂ ਜੀ ਆਪਣੇ ਬਹੁਤ ਹੀ ਅਜ਼ੀਜ਼ ਮਿੱਤਰ ਨਵਨੀਤ ਸ਼ਰਮਾ ਨੂੰ ਲੈਣ ਜੋ ਕਿ ਅੱਜ ਦੇ ਇਸ ਐਡਵੈਂਚਰ ਦੇ ਵਿੱਚ ਸਾਡੇ ਨਾਲ ਸ਼ਮੂਲੀਅਤ ਕਰਨਗੇ। ਨਵਨੀਤ ਸ਼ਰਮਾ ਜੀ ਹਾਰਲੇ ਡੇਵਿਡਸਨ ਦੇ ਵਿੱਚ ਸੀਨੀਅਰ ਮਕੈਨਿਕ ਦੇ ਅਹੁਦੇ 'ਤੇ ਕੰਮ ਕਰਦੇ ਨੇ। ਸੋ ਟਾਊਨ ਦੇ ਜੇ ਕਿਸੇ ਵੀ ਵੀਰ ਭਰਾ ਨੇ ਆਪਣਾ ਮੋਟਰਸਾਈਕਲ ਖਰੀਦਣਾ ਹੋਵੇ, ਵੇਚਣਾ ਹੋਵੇ ਅਤੇ ਜਾਂ ਰਿਪੇਅਰ ਕਰਾਉਣਾ ਹੋਵੇ, ਇਹਨਾਂ ਨਾਲ ਕੰਟੈਕਟ ਕਰ ਸਕਦਾ ਹੈ। ਕੰਟੈਕਟ ਡਿਟੇਲਸ ਡਿਸਕ੍ਰਿਪਸ਼ਨ ਦੇ ਵਿੱਚ ਚੈੱਕ ਕਰ ਸਕਦੇ ਹੋ। ਕਿੱਥੇ ਆ ਗਿਆ ਆਪਾਂ? 200 ਕਿਲੋਮੀਟਰ ਆਪਾਂ ਟੱਪ ਲਿਆ, ਸੁੱਖ ਨੇ 250 ਹੋਰ ਰਹਿ ਗਿਆ ਜੀ। ਹਾਂ ਲਾਵਾਂਗੇ 2 ਘੰਟੇ ਹੋਰ ਤੇ ਫਿਲਹਾਲ ਆਪਾਂ ਰੁਕੇ ਆ। ਸਾਡਾ ਸੈਕਿੰਡ ਸ਼ਾਰਟ ਬ੍ਰੇਕ ਹੈ ਟਿਮ ਹਾਰਟਨ। ਟਿਮ ਹਾਰਟਨ ਇੰਜੋਇੰਗ ਸਿਸ ਕ੍ਰੀਮੀ ਚਿਲ। ਹੋਪ ਯੂ ਗਾਇਸ ਹੈਵ ਟੇਸਟਡ ਦਿਸ। ਮੌਸਮ ਬਣਾਉਣ ਹੋ ਗਈ ਸਾਨੂੰ 250 ਕਿਲੋਮੀਟਰ ਟਰੈਵਲ ਕਰਕੇ। ਸੋ ਅਸੀਂ ਸੋਚਿਆ ਕਿ ਕਿਉਂ ਨਾ ਇੱਕ ਸਟੋਪ ਲਿੱਤਾ ਜਾਵੇ ਤੇ ਕਾਫੀ ਪੀਤੀ ਜਾਵੇ। ਮੈਂ ਤਾਂ ਮੰਨ ਸਕਦਾ ਥਕਾਨ ਨੂੰ, ਕਿਉਂਕਿ ਅੱਗੇ ਬੈਠਾ ਜਿਹੜਾ ਪਿੱਛੇ ਪੂਰੀ ਸੀਟ ਤੇ ਲੰਮਾ ਪੈ ਕੇ ਬੈਠਾ ਹੋਇਆ, ਆਈ ਡੋਨਟ ਥਿੰਕ ਸੋ ਕਿ ਉਹਨੇ ਥਕਾਨ ਕਿਤੇ ਹੋਈ ਗਈ। ਸਾਰੀ ਸਾਰੀ ਸੀਟ ਦੇ ਇਸ ਬੋਡੀ ਨੇ ਘੇਰੀ ਸੀ ਤੇ ਮੈਂ ਮਗਰ ਕਿਸ ਮੈਟਰ ਗਾਇਸ, ਸਾਈਜ਼ ਮੈਟਰ ਡਿਗਨਿਟੀ। ਸੋ ਤਾਂ ਕਰਕੇ ਫਿਰ ਮੈਨੂੰ ਜ਼ਿਆਦਾ ਥਕਾਨ ਹੋ ਗਈ, ਮੈਂ ਹੀ ਜ਼ੋਰ ਪਾ ਕੇ ਇਹਨਾਂ ਨੂੰ ਖਿਲਾ ਰਿਹਾ ਕਿ ਮੈਨੂੰ ਕਾਫੀ ਕਾਫੀ ਪੈਦਾ, ਮੇਰੀਆਂ ਲੱਤਾਂ ਸਿੱਧੀਆਂ ਕਰਾ ਦੋ। ਓਕੇ ਗਾਇਸ, ਹੁਣ ਹੀ ਵੀ ਆਰ ਗਿਵਿੰਗ ਥੈਂਕਸ ਟੂ ਆਵਰ ਟ੍ਰਿਪ ਆਰਗੇਨਾਈਜ਼ਰ, ਬਟ ਵੀ ਕਾਲਡ ਆਰਗੇਨਾਈਜ਼ਰ ਓ ਫਨ ਐਵਰੀਥਿੰਗ ਮਿਸਟਰ ਵਰਿੰਦਰ। ਆਪਣੇ ਆਪ ਨੂੰ ਇੰਟਰੋਡਿਊਸ। ਹੈਲੋ, ਸੋ ਹੀ ਇਜ਼ ਆਵਰ, ਵੀ ਵਿਲ ਸ਼ੋ ਯੂ ਐਵਰੀਥਿੰਗ ਲਾਈਕ ਟੇਕ ਅਸ, ਹੀ ਇਜ਼ ਦਾ ਹੇਅਰ ਮੇਨ ਗਾਇ ਹੂ ਮੇਕ ਦਿਸ ਟ੍ਰਿਪ ਹੈਪਨਸ। ਯਾ, ਹੀ ਮੇਡ ਦਿਸ ਟ੍ਰਿਪ ਪੋਸੀਬਲ। ਯਾ ਯਾ, we were saying no to him for so long but somehow he made it possible. Yeah, he made it possible. ਹੁਣ ਉੱਥੇ ਜਾ ਕੇ ਪਤਾ ਲੱਗੂ ਛੁੱਟੀ ਕਰਾਤੀ ਜੇ ਇਹਨੇ ਕੰਮ ਤੋਂ ਅੱਜ ਫਿਰ। ਆਹੋ ਉਦਾਂ ਹੀ ਹੋਣੇ, ਬਿਕੋਜ਼ ਅਸੀਂ ਕਾਲ ਕੀਤੀ ਤਾਂ ਉਹ ਕਹਿੰਦੇ ਕਿ ਹਵਾ ਹਵਾ ਬਹੁਤ ਚੱਲਦੀ ਪਈ ਆ। ਸੋ ਕਿਉਂ ਸਕਾਈ ਡਾਈਵਿੰਗ ਦਾ ਸੀਕ੍ਰੇਟ ਹੈ? ਸਕਾਈ ਡਾਈਵਿੰਗ ਕੋਈ ਨਹੀਂ ਸੀਕ੍ਰੇਟ, ਆਪਾਂ ਰਿਵੀਲ ਕਰ ਦਿੰਦੇ ਹਾਂ। ਕਰਤਾ ਰਿਵੀਲ? ਹਾਂ, ਸਕਾਈ ਡਾਈਵਿੰਗ ਦਾ ਥੋੜ੍ਹਾ ਜਿਹਾ ਡਿਫੀਕਲਟ ਆ, ਬਟ ਹੋਪਸੋ ਅਸੀਂ ਕਰ ਸਕੀਏ ਜਿਹੜਾ ਮੇਨ ਕੰਮ ਆ ਸਾਡਾ। ਜਾਣ ਦੇ ਹਵਾ ਹਵਾ ਜ਼ਿਆਦੀ ਵਗਣ ਕਰਕੇ ਤੇ ਮੈਂ ਕੈਨਸਲ ਕਰਤਾ, ਕੈਨਸਲ ਕਰਤਾ, ਪੋਸਟਪੋਨ ਕਰਾਂਗੇ ਆਪਾਂ, ਇੱਕੋ ਦਿਨ ਹੀ ਡਰਾਫਟਿੰਗ ਵੀ ਕਰਾਂਗੇ ਤੇ ਸਕਾਈ ਡਾਈਵਿੰਗ। ਬਾਕੀ ਸਟੇ ਟਿਊਨਡ, ਮਿਲਦੇ ਰਹਿੰਦੇ ਆ ਅਗਲੀ ਬ੍ਰੇਕ ਤੇ। ਸਟੇ ਟਿਊਨਡ ਗਾਇਸ, ਬਾਏ ਬਾਏ। ਪਹੁੰਚ ਗਏ ਹਾਂ ਇੱਥੇ ਆਪਣੀ ਰਾਫਟਿੰਗ ਦੀ ਸਾਈਡ 'ਤੇ ਅਤੇ ਅੱਜ ਰਾਤ ਆਪਾਂ ਕਰਾਂਗੇ ਇੱਥੇ ਕੈਂਪਿੰਗ। ਸੋ ਗਲਤੀ ਸਾਡੇ ਕੋਲ ਇਹ ਹੋ ਗਈ ਕਿ ਅਸੀਂ ਬੁਕਿੰਗ ਨਹੀਂ ਕੀਤਾ ਪਹਿਲਾਂ ਰਹਿਣ ਦਾ ਜੁਗਾੜ ਕੋਈ, ਅਤੇ ਹੁਣ ਫਿਰ ਆਪਾਂ ਨੂੰ ਲੱਭਣ ਨਹੀਂ ਡਿਆ ਕੁਝ ਅਤੇ ਪ੍ਰੋਬਲਮ ਆ ਰਹੀ ਆ ਥੋੜ੍ਹੀ ਜਿਹੀ। ਅਤੇ ਚਲੋ ਕੋਈ ਨਾ, ਆਪਾਂ ਗੱਲਬਾਤ ਕੀਤੀ ਹੈ ਅਤੇ ਉਹ ਆਉਂਦਾ ਸੀ ਵੀ ਤੁਹਾਨੂੰ ਟੈਂਟ ਦਾ ਇੰਤਜ਼ਾਮ ਕਰ ਦਾਂਗੇ ਜਾਂ ਕੁਝ ਨਾ ਕੁਝ ਕਰੂਗਾ, ਵੇਖੋ ਹੁਣ ਅੱਧੇ ਘੰਟੇ ਤੱਕ ਦੱਸੂਗਾ ਕੀ ਕਹਿੰਦਾ, ਫਿਰ ਪੁੱਛ ਕੇ ਤੁਹਾਨੂੰ ਅਪਡੇਟ ਕਰ ਦਾਂਗੇ ਵੀ ਕਿੱਥੇ ਰਹਿ ਰਹੇ ਆਪਾਂ, ਇੱਥੇ ਰਹਿ ਰਹੇ ਜਾਂ ਆਪਾਂ ਜਾਵਾਂਗੇ ਓਟਵਾ ਰਾਤ ਨੂੰ ਅਤੇ ਉੱਥੇ ਰਹਾਂਗੇ ਆਪਾਂ ਹੋਟਲ 'ਚ। ਸੋ ਲੈਟਸ ਸੀ ਕੀ ਹੁੰਦਾ। ਅਤੇ ਜਦ ਤੱਕ ਸਾਨੂੰ ਹੋਟਲ ਦਾ ਨਹੀਂ ਪਤਾ ਲੱਗਦਾ ਕਿੱਥੇ ਰਹਿਣਾ ਰਾਤ ਨੂੰ, ਤਦ ਤੱਕ ਆਪਾਂ ਤੁਹਾਨੂੰ ਟੂਰ ਦੇ ਦਿੰਦੇ ਹਾਂ ਵੀ ਇੱਥੇ ਕਿੱਦਾਂ ਦਾ ਹਿਸਾਬ ਕਿਤਾਬ ਹੈ। ਲੈਟਸ ਗੋ, ਆ ਜਾ ਵਰਿੰਦਰਾ। ਸੋ ਉਸ ਤੋਂ ਪਹਿਲੇ ਤੁਹਾਨੂੰ ਦੱਸਦੀ ਹੈ ਆਪਣਾ ਫੂਡ ਹੈ, ਫੂਡ ਕਾਰਨਰ ਹੈ ਜਿਸ ਇਹਦੇ ਵਾਸਤੇ ਤੁਹਾਨੂੰ ਇਹ ਚੀਜ਼ਾਂ ਦੇਣਗੇ ਟੋਕਨ ਹੈ। ਲਾਈਕ ਆਪਾਂ 3 ਬੰਦੇ ਹੈਗੇ ਨਾ, ਇੱਕ ਬਰਗਰ ਹੈ, ਇੱਕ ਹੌਟ ਡੋਗ ਹੈ। ਸੋ ਜਿਸ 'ਤੇ ਆਪਾਂ 3 ਹੱਸ ਕੇ ਓਕੇ। ਸੋ ਇਹ ਡਿਨਰ ਹੋਊਗਾ ਆਪਣਾ ਜੀ। ਹਾਂ, ਸੋ ਇਹਦੇ ਬਾਅਦ
ਇੱਥੋਂ ਤੁਹਾਨੂੰ ਬੀਅਰ ਵਾਈਨ ਸੋ ਬਾਕੀ ਮੇਨ ਥਿੰਗ ਜਿਹਨੂੰ ਆਪਾਂ ਇੰਜੋਏ ਕਰਨਾ ਬੋਨ ਫਾਇਰ ਬੇਸਿਕਲੀ ਰੈਡੀ ਹੋ ਰਿਹਾ ਜੋ ਕਿ ਆਪਣਾ ਰੈਡੀ ਹੋ ਜਾਏਗਾ ਅਪਰੋਕਸੀਮੇਟਲੀ ਘੰਟੇ ਕੁ ਤੱਕ ਪੂਰਾ ਇੱਥੇ ਆਪਣਾ ਸਾਰਾ ਰੂੜ ਆ ਜਾਏਗਾ ਲੋਹੜੀ ਦਾ ਜਗਾੜ ਬਣਾ ਲੋਹੜੀ ਦਾ ਜਗਾੜ ਚਿੜਵੇ ਚੁੜਵੇ ਆਪਾਂ ਜੇ ਇਕੱਠੇ ਕਰਨੇ ਆ ਸਾਰਾ ਕੁਝ ਦੇਣਗੇ ਆਹੀ ਡਾਂਸ ਡੂਂਸ ਵੀ ਹੋਊਗਾ ਸਭ ਕੁਝ ਹੋਊਗਾ ਹਾਂ ਡਾਂਸ ਹੋਏਗਾ ਪਰ ਫਰਕ ਇੰਨਾ ਗਾਣੇ ਪੰਜਾਬੀ ਨਹੀਂ ਪੱਲੇ ਨਹੀਂ ਪੈਣੇ ਪੰਗ ਨਹੀਂ ਪੈਣੇ ਬਾਬਾ ਪੈਸੇ ਦੋਸਤ ਐਂ ਫੜ ਕੇ ਨਾ ਐਂ ਮਾਰ ਵੀ ਸਕਦੇ ਹੋ ਪਰ ਬੰਦੇ ਦੇ ਨਹੀਂ ਲੱਕੜ ਦੇ ਲੱਕੜ ਕੱਟ ਬੇਸਿਕਲੀ ਹੈਗੀ ਹੈ ਲੱਕੜ ਆਪਾਂ ਚੱਕ ਕਹਿੰਦੇ ਲੱਕੜ ਕੱਟ ਕੇ ਬੋਨ ਫਾਇਰ ਵਾਸਤੇ ਆਪਾਂ ਤਿਆਰ ਕਰਦੇ ਆਪਾਂ ਕਰਨੀ ਆਪ ਕਰ ਲਓ ਨਹੀਂ ਤਾਂ ਇਹਨਾਂ ਦੀ ਮੈਨੇਜਮੈਂਟ ਹੈਗੀ ਉਹ ਕਰ ਦਿੰਦੀ ਸੋ ਲੈਟਸ ਗੋ ਟੂਵਰਡਸ ਦੀ ਟੈਂਟਿੰਗ ਜਿਵੇਂ ਕਈਆਂ ਨੂੰ ਸ਼ੌਂਕ ਹੈਗਾ ਹਾਈਕਿੰਗ ਦਾ ਉਹ ਸਿੱਧਾ ਜਾ ਸਕਦੇ ਆ ਹਾਈਕਿੰਗ ਕਰਨ ਬਾਕੀ ਉਹ ਬੇਸ ਕੈਂਪ 'ਚ ਜਿਹਨੂੰ ਬੇਸ ਕੈਂਪ ਸਮਝ ਲਓ ਟੈਂਟਸ ਹੈ ਸਲੀਪਿੰਗ ਬੈਗਸ ਹੈ ਬਲੈਂਕਿਟਸ ਹੈ ਉਹ ਰਹਿਣ ਵਾਸਤੇ ਆਪਣਾ ਵਹੀਕਲ ਪਾਰਕ ਕਰੋ ਅਤੇ ਤੁਸੀਂ ਉੱਥੇ ਰਹਿ ਸਕਦੇ ਹੋ ਅਤੇ ਸਭ ਨੂੰ ਵੱਡੀ ਗੱਲ ਵੀ ਇਹ ਫਰੀ ਆਫ ਚਾਰਜ ਹੈ ਵੀ ਜਿਹੜੀ ਤੁਹਾਡੀ ਰਾਫਟਿੰਗ ਦੇ ਜਸਟ ਤੁਸੀਂ ਜਿਵੇਂ ਇੱਕ ਪੈਕੇਜ ਲਿੱਤਾ ਹੈ ਇਕੱਲੀ ਤੁਸੀਂ ਮਤਲਬ ਜਿਵੇਂ ਕਿ ਰਾਫਟਿੰਗ ਦੇ ਪੇ ਕਰਨੇ ਬਾਕੀ ਤੁਹਾਨੂੰ ਹਾਏ ਹਾਊ ਆਰ ਯੂ ਹੇ ਯੂ ਵਾਂਟ ਟੂ ਐਕਸਪਲੇਨ ਸਮਥਿੰਗ ਫੋਰ ਦੀ ਕੈਂਪਿੰਗ ਵਾਈ It's not good here. Okay. Bye. So, you guys stop playing. Haan, to sab kuch included hai ga. Like food, but drinks for drinks you have to pay. Tenting, tu si apna jithe marzi tent le aage laavo. So, wo enjoy karo. Camping free, har cheez free. Just tanu rafting de hi pay karne hai. जो कि आप मोस्ट ऑफली कल करांगे बिकॉज हूँ आप लेट बाबा हो गए उन्होंने लगे कल अपना राफ्टिंग फुल डे राफ्टिंग उसके बाद का प्लैन आपको दसते जावे खर्चा जो डिस्क्रिप्शन सारा दस सारा तुम डिस्क्रिप्शन से खर्चा तो लिंक भी तुम देवे कितने है इंजॉय करना चाहते हो साडा है नज़ारे आ फन हाँ तुम आप लैके पहले जिसे टेंपरेचर अपना इंजॉय कर सकते हो Hey buddy, how are you? Yeah, nice. What's your name? Dastan. What? Dastan. Dastan, you know how to dance? Yeah. So, che, enjoy kar sakde ho. Band nu launch hai, bag enjoy karo, baki tuhanu top view vi dekh kar pata nu. ਤੁਸੀਂ ਇੱਥੋਂ ਦੇਖ ਸਕਦੇ ਹੋ ਲੋਕੇਸ਼ਨ ਵੈਦਰ ਸਾਰਾ ਕੁਛ ਬਾਕੀ ਬੰਦੇ ਨਹੀਂ ਇੱਥੋਂ ਦੇ ਕੁੱਤੇ ਵੀ ਫਰੈਂਡਲੀ ਹੈ ਪੂੰਛ ਖਿੱਚ ਦੰਦੇ ਨਹੀਂ ਵੱਢਦੇ Entire food. Not look so good, but in here is amazing. So